ਸਵਾਗਤ ਹੈ ਜੀ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ। ਆਪਣੇ ਚੈਨਲ ਦਾ ਹੈਲਪਲਾਈਨ ਨੰਬਰ ਨੋਟ ਕਰ ਲਓ ਜੀ, 88 470 48 496। ਜੇ ਕਿਸੇ ਵੀਰ ਨੇ ਕੋਈ ਖੇਤੀਬਾੜੀ ਦਾ ਸਾਧਨ, ਕੋਈ ਖੇਤੀਬਾੜੀ ਦਾ ਸੰਦ ਸੇਲ ਕਰਨਾ ਹੋਵੇ, ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਇਸ ਵਟਸਐਪ ਨੰਬਰ 'ਤੇ ਭੇਜ ਦਿਓ ਜੀ। ਅਸੀਂ ਤੁਹਾਡੀ ਐਡ ਆਪਣੇ ਇਸ ਚੈਨਲ 'ਤੇ ਕਰ ਦੇਵਾਂਗੇ। ਐਡ ਲਗਾਉਣ ਦਾ ਕੋਈ ਖਰਚਾ ਨਹੀਂ ਜੀ, ਬਿਲਕੁਲ ਫਰੀ ਐਡ ਲਗਾਈ ਜਾਂਦੀ ਹੈ ਆਪਣੇ ਚੈਨਲ 'ਤੇ। ਸੋ ਜਿਹੜੇ ਵੀ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ, ਵੀਡੀਓ ਨੂੰ ਲਾਈਕ ਕਰਿਆ ਕਰੋ ਜੀ। ਵੀਡੀਓ ਦੇ ਦੌਰਾਨ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ। ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ। ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ ਰੀਪਰ ਵਿਸ਼ਕਰਮਾ ਦਾ ਰੀਪਰ ਹੈ ਜੀ, ਇਹ 2012 ਮਾਡਲ ਹੈ ਜੀ। 1,05,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸਦੀ। ਕੰਡੀਸ਼ਨ ਤੁਸੀਂ ਰੰਗ ਪੇਂਟ ਦੀ ਬਾਕੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ, ਕੋਈ ਕਮੀ ਪੇਸ਼ੀ ਨਹੀਂ, ਸਾਰਾ ਕੰਮ A to Z ਹੋਇਆ ਰੀਪਰ ਦਾ ਜੀ। 2012 ਮਾਡਲ ਹੈ ਜੀ, 1,05,000 ਰੁਪਇਆ ਡਿਮਾਂਡ ਹੈ ਵੀਰ ਵੱਲੋਂ, ਪਟਿਆਲਾ ਵੀਰ ਦਾ ਏਰੀਆ ਜੀ। 95-924-80-576 ਵੀਰ ਦਾ ਨੰਬਰ ਹੈ ਜੀ। ਜੇ ਕਿਸੇ ਵੀਰ ਨੇ ਇਹ ਰੀਪਰ ਖਰੀਦਣਾ ਹੋਵੇ, ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਬਾਕੀ ਰੇਟ ਦਾ ਮੌਕੇ 'ਤੇ ਥੋੜ੍ਹਾ ਬਹੁਤ ਲੈਸ ਹੋ ਜੂਗਾ ਜੀ। ਹੋਰ ਜਾਣਕਾਰੀ ਲਈ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ, ਜੇ ਕਿਸੇ ਵੀਰ ਨੇ ਰੀਪਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜੀ, ਵੀਡੀਓ ਨੂੰ ਲਾਈਕ ਕਰਿਆ ਕਰੋ। ਅੱਗੇ ਜੀ ਸੇਲ ਲਈ ਆਪਣੇ ਕੋਲ ਸਵਰਾਜ 855, ਮਾਡਲ ਟਰੈਕਟਰ ਹੈ ਜੀ। ਇਹ ਟਰੈਕਟਰ ਦਾ ਰੰਗ ਪੇਂਟ ਸਾਰਾ ਨਾਲ ਦਾ, ਆਲ ਓਰੀਜਨਲ ਟਰੈਕਟਰ ਹੈ ਜੀ, 2009 ਮਾਡਲ ਹੈ ਜੀ। 3,30,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਟਰੈਕਟਰ ਦੀ ਜੀ। ਪੰਜਾਬ ਨੰਬਰ ਹੈ, 3-star ਹੈ ਜੀ। ਫਤਿਹਗੜ੍ਹ ਸਾਹਿਬ ਵੀਰ ਦਾ ਏਰੀਆ ਜੀ। 98-149-61-325 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। 2009 ਮਾਡਲ ਹੈ, 3,30,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸਦੀ। ਰੰਗ ਪੇਂਟ ਸਾਰਾ ਨਾਲ ਦਾ ਜੀ। ਪੰਜਾਬ ਨੰਬਰ ਹੈ, ਫਤਿਹਗੜ੍ਹ ਸਾਹਿਬ ਵੀਰ ਦਾ ਏਰੀਆ ਜੀ। ਅਗਲੇ ਟਾਇਰ ਨਵੇਂ ਨੇ ਜੀ, ਮਗਲੇ ਟਾਇਰ 50 ਪੈਸੇ ਹੈ, ਓਇਲ ਬ੍ਰੇਕ, ਰੰਗ ਪੇਂਟ ਸਾਰਾ ਨਾਲ ਦਾ ਹੈ। ਬਾਕੀ ਹੋਰ ਜਾਣਕਾਰੀ ਲਈ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ। ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ। ਇੰਜਨ ਗੇਅਰ ਲੇਟ ਪੰਪ ਦਾ ਬਿਲਕੁਲ ਓਕੇ ਹੈ, ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਟਰੈਕਟਰ ਦੀ ਜੀ। ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ ਜੀ। ਬਾਕੀ ਵੀਰ ਨਾਲ ਤੁਸੀਂ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਸਕਰੀਨ ਦੇ ਨੀਚੇ ਵੀਰ ਦਾ ਨੰਬਰ ਸ਼ੋਅ ਹੋ ਰਿਹਾ ਜੀ, 98-149-61-325। ਪੰਜਾਬ ਨੰਬਰ ਟਰੈਕਟਰ ਹੈ ਜੀ, 2009 ਮਾਡਲ ਹੈ। ਅਗਲੇ ਟਾਇਰ ਨਵੇਂ ਨੇ ਜੀ, ਮਗਲੇ ਟਾਇਰ 50 ਪੈਸੇ ਆ। ਫਤਿਹਗੜ੍ਹ ਸਾਹਿਬ ਵੀਰ ਦਾ ਏਰੀਆ ਜੀ। ਅੱਗੇ ਜੀ ਆਪਣੇ ਕੋਲ ਸੇਲ ਲਈ ਟਰਾਲਾ 12 ਫੁੱਟ ਲੰਬਾ ਅਤੇ 6 ਫੁੱਟਾ ਚੌੜਾ ਜੀ। 2014 ਮਾਡਲ ਹੈ ਜੀ, 1,30,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸਦੀ। ਡਬਲ ਟਾਇਰ ਹੈ ਜੀ, 50 ਪੈਸੇ ਟਾਇਰਾਂ ਦੀ ਕੰਡੀਸ਼ਨ ਆ। ਅੰਮ੍ਰਿਤਸਰ ਵੀਰ ਦਾ ਏਰੀਆ ਜੀ। 99-149-84-225 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰਾਲਾ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ। ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ।
12 ਫੁੱਟ ਲੰਬਾ ਅਤੇ 6 ਫੁੱਟਾ ਚੌੜਾ, 2014 ਮਾਡਲ ਹੈ ਜੀ, ਡਬਲ ਟਾਇਰ ਆ, 50 ਪੈਸੇ ਟਾਇਰਾਂ ਦੀ ਕੰਡੀਸ਼ਨ ਆ। 1,30,000 ਰੁਪਇਆ ਡਿਮਾਂਡ ਹੈ ਜੀ ਵੀਰ ਵੱਲੋਂ, ਅੰਮ੍ਰਿਤਸਰ ਵੀਰ ਦਾ ਏਰੀਆ ਜੀ। 99 149 84 225 ਵੀਰ ਦਾ ਨੰਬਰ ਹੈ ਜੀ, ਜੇ ਕਿਸੇ ਵੀਰ ਨੇ ਟਰਾਲਾ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਜਿਹੜੇ ਵੀ ਚੈਨਲ 'ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਆਪਣੀ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਕਰਿਆ ਕਰੋ। ਜੇਕਰ ਤੁਸੀਂ ਵੀ ਆਪਣੇ ਚੈਨਲ 'ਤੇ ਇਸ ਤਰ੍ਹਾਂ ਦੀ ਕੋਈ ਆਪਣੇ ਸਾਧਨ ਦੀ ਐਡ ਲਗਾਉਣੀ ਹੋਵੇ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਵਟਸਐਪ 'ਤੇ ਭੇਜ ਦਿਓ ਜੀ, ਅਸੀਂ ਤੁਹਾਡੀ ਐਡ ਆਪਣੇ ਇਸ ਵਟਸਐਪ ਆਪਣੇ ਇਸ ਚੈਨਲ 'ਤੇ ਲਗਾ ਦੇਵਾਂਗੇ ਜੀ। ਐਡ ਲਗਾਉਣ ਦਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਹੈ ਜੀ ਚੈਨਲ 'ਤੇ। ਅੱਗੇ ਜੀ ਸੇਲ ਲਈ ਆਪਣੇ ਕੋਲ ਆਈਸ਼ਰ 241 1991 ਮਾਡਲ ਟਰੈਕਟਰ ਹੈ ਜੀ, ਇਹ 70,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ। ਪਿੰਡ ਹੈ ਵੀਰ ਦਾ ਜੀ ਜਗਮਾਲ ਵਾਲੀ, ਡੱਬ ਵਾਲੀ ਏਰੀਆ ਜੀ। 94 666 45 882 ਵੀਰ ਦਾ ਨੰਬਰ ਹੈ ਜੀ, ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। 1991 ਮਾਡਲ ਹੈ ਜੀ, 70,000 ਰੁਪਇਆ ਡਿਮਾਂਡ ਹੈ ਵੀਰ ਵੱਲੋਂ, ਪਿੰਡਾਂ ਵੀਰ ਦਾ ਜਗਮਾਲ ਵਾਲੀ, ਡੱਬ ਵਾਲੀ ਏਰੀਆ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ, ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ। ਸੋ ਆਪਣੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ, ਅਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਅੱਗੇ ਆਪਣੇ ਕੋਲ ਸੇਲ ਲਈ ਸਵਰਾਜ 735 1991 ਮਾਡਲ ਟਰੈਕਟਰ ਹੈ ਜੀ, ਇਹ 1,40,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ। ਇਸ ਦੀ ਏਰੀਆ ਵੀਰ ਦਾ ਜੀ ਬਠਿੰਡਾ। 99 169 85 326 ਵੀਰ ਦਾ ਨੰਬਰ ਹੈ, ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਇੰਜਣ ਗੇ, ਲਿਫਟ ਪੰਪ ਤਾਂ ਬਿਲਕੁਲ ਓਕੇ ਹੈ ਟਰੈਕਟਰ ਜੀ, ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਟਰੈਕਟਰ ਦੀ, ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਰੰਗ ਪੇਂਟ ਸਾਰਾ ਨਾਲ ਦਾ ਜੀ, ਪੰਜਾਬ ਨੰਬਰ ਟਰੈਕਟਰ ਹੈ। ਇੰਜਣ ਗੇ, ਲਿਫਟ ਪੰਪ ਤਾਂ ਬਿਲਕੁਲ ਓਕੇ ਹੈ ਜੀ, ਮਾਲਕ ਵੀਰ ਵੱਲੋਂ ਪੂਰੀ ਫੁੱਲ ਗਰੰਟੀ ਹੈ ਟਰੈਕਟਰ ਦੀ। ਰੇਟ ਦਾ ਮੌਕੇ 'ਤੇ ਥੋੜ੍ਹਾ ਬਹੁਤ ਲੈਸ ਹੋ ਜੂਗਾ ਜੀ, ਬਾਕੀ ਜਾਣਕਾਰੀ ਤੁਸੀਂ ਵੀਰ ਤੋਂ ਲੈ ਸਕਦੇ ਹੋ ਫੋਨ 'ਤੇ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ, ਕੰਡੀਸ਼ਨ ਤੁਸੀਂ ਬਾਕੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ। 1991 ਮਾਡਲ ਹੈ ਜੀ, 1,40,000 ਰੁਪਇਆ ਡਿਮਾਂਡ ਆ ਵੀਰ ਵੱਲੋਂ, ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਕਰਿਆ ਕਰੋ, ਆਪਣੇ ਚੈਨਲ ਨੂੰ ਇਸੇ ਤਰ੍ਹਾਂ ਹੀ ਸ਼ੇਅਰ ਅਤੇ ਸਪੋਰਟ ਕਰਦੇ ਰਹੋ ਜੀ, ਧੰਨਵਾਦ ਤੁਹਾਡਾ। ਅੱਗੇ ਜੀ ਆਪਣੇ ਕੋਲ ਸੇਲ ਲਈ ਲੇਜ਼ਰ ਲੈਵਲ 2014 ਮਾਡਲ ਹੈ ਜੀ, ਇਹ 1,70,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ। ਇਸ ਦੀ ਫਿਰੋਜ਼ਪੁਰ ਵੀਰ ਦਾ ਏਰੀਆ ਜੀ, ਬਹੁਤ ਹੀ ਸ਼ੁੱਧ ਲੇਜ਼ਰ ਲੈਵਲ ਹੈ ਇਹ, 2014 ਮਾਡਲ, 1,70,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਦੀ, ਫਿਰੋਜ਼ਪੁਰ ਵੀਰ ਦਾ ਏਰੀਆ ਜੀ। 62 831 87 007 ਵੀਰ ਦਾ ਨੰਬਰ ਹੈ ਜੀ, ਜੇ ਕਿਸੇ ਵੀਰ ਨੇ ਇਹ ਲੇਜ਼ਰ ਲੈਵਲ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ, ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ, ਬਾਕੀ ਜਾਣਕਾਰੀ ਲਈ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਜੀ। ਵੀਡੀਓ ਦੇ ਅੰਤ ਵਿੱਚ ਫਿਰ ਬੇਨਤੀ ਹੈ ਜੀ, ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਅਤੇ ਆਪਣੀ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਕਰਿਆ ਕਰੋ, ਆਪਣੇ ਚੈਨਲ ਨੂੰ ਇਸੇ ਤਰ੍ਹਾਂ ਹੀ ਸ਼ੇਅਰ ਅਤੇ ਸਪੋਰਟ ਕਰਦੇ ਰਹੋ ਜੀ। ਵੀਡੀਓ ਦੇਖਣ ਦੇ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।